ਗਲੀਆਂ ਮੇਰੀਆਂ ਵੀਰੇ, ਰਹਿਣ ਦੀ ਮੇਰੇ ਕੋਲ ਜਗ੍ਹਾ ਨਹੀਂ, ਬਹਿਣ ਦੀ ਮੇਰੇ ਕੋਲ ਜਗ੍ਹਾ ਨਹੀਂ, ਰੋਡ ਤੇ ਧੱਕੇ ਖਾਂਦਾ ਗਲੀਆਂ ਹੀ ਖਾਂਦਾ ਮੈਂ। ਇੰਨਾ ਬੁਰਾ ਹਾਲ ਆ ਵੀ ਛੱਡ ਗੱਲ ਤੇ ਕੋਈ ਰੋਟੀਆਂ ਭੁੱਖੇ ਭਾਣੇ ਮੰਗ 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 ਖਾਂਦੇ, ਕੀ ਕਰਾਂ, ਕਿਹੜੇ ਬਣੇ ਜਾਵਾਂ, ਕਿੱਥੇ ਮਰ ਜਾਵਾਂ ਮੈਂ। ਉਹ ਵੱਡੀਆਂ ਕੁੜੀਆਂ ਨੂੰ ਕਿੱਥੇ ਧੱਕਾ ਦੇ ਦੇਵਾਂ, ਛੋਟੀਆਂ ਛੋਟੀਆਂ ਹੈਗੀਆਂ। ਪਿੰਡ ਸਹੀਪੁਰਾ ਤਰਨ ਤਾਰਨ ਦੇ ਕੋਲ ਆ, ਉੱਥੋਂ ਮੈਥੋਂ ਵੀ ਧੱਕੇ ਤੋੜੇ ਖਾ ਕੇ ਆ ਗਿਆ, ਉੱਥੇ ਕਿਸੇ ਨੇ ਸੁਣਾਈ ਨਹੀਂ ਦਿੱਤੀ, ਕਿਸੇ ਨੇ ਪੁੱਛਿਆ ਨਹੀਂਗਾ ਕੀ ਕਰਾਂ ਕਿਹੜੇ ਬਣੇ ਜਾਵਾਂ। ਮੈਂ ਤਾਂ ਬਹੁਤ ਪਰੇਸ਼ਾਨ ਹੋ ਗਿਆ, ਮੈਨੂੰ ਕੋਈ ਸਹਾਰਾ ਹੀ ਮਿਲ ਜੇ ਕਿ ਸੇਵਾ ਸੁਵਾ ਕਰੀ ਜਾਊਂ ਮੈਂ। ਨਾਲੇ ਕੁੜੀਆਂ ਵਿਚਾਰੀਆਂ ਮੈਂ ਫੁਲਕਾ ਟਾਈਮ ਨਾਲ ਖਾ ਲਿਆ ਕਰਨੀਆਂ, ਭੁੱਖੀਆਂ ਮਰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਖੜ੍ਹੇ ਹਾਂ ਜੀ ਇੱਥੇ ਨਿਊ ਪੁਨੀਤ ਨਗਰ ਦੇ ਵਿੱਚ, ਇੱਥੇ ਤਾਜਪੁਰ ਰੋਡ ਜੇਲ੍ਹ ਆ, ਜਿੱਧਰਲੇ ਪਾਸੇ ਤਾਜਪੁਰ ਰੋਡ ਦੇ ਉੱਤੇ ਲੁਧਿਆਣੇ ਸ਼ਹਿਰ ਅਤੇ ਬਾਹਰਲੇ ਪਾਸੇ ਸਮਰਾਲਾ ਚੌਂਕ ਦੇ ਕੋਲ ਇਹ ਏਰੀਆ ਪੈਂਦਾ ਵਾ। ਇਹ ਬੜਾ ਕੰਜਸਟਡ ਏਰੀਆ, ਇੱਥੇ ਇੱਕ ਅੱਜ ਤੁਹਾਨੂੰ ਵਕਤ ਦਾ ਮਾਰਿਆ ਹੋਇਆ ਪਰਿਵਾਰ ਮਿਲਾਉਂਦੇ, ਪਿਓ ਅਤੇ ਧੀ। ਪਿਓ ਫੁੱਟਪਾਥ 'ਤੇ ਸੌਂਦਾ, ਤਿੰਨ ਸਾਲ ਹੋ ਗਏ ਇਹਨਾਂ ਦੀ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਹੈ। ਕੋਲੇ ਨਿੱਕੀ ਜਿਹੀ ਬੇਟੀ ਬੈਠੀ ਆ, ਉਹਦੀ ਅਲੱਗ ਅਲੱਗ ਦੀਆਂ ਪਈਆਂ ਹੋਈਆਂ ਚੱਪਲਾਂ ਆਪਣੇ ਆਪ ਬਿਆਨ ਕਰਦੀਆਂ ਵੀ ਸੜਕ ਡੇਲੀਆਂ ਦੇ ਉੱਤੇ, ਬਾਹਰ ਸੜਕ ਦੇ ਉੱਤੇ ਪਿਆ ਹੋਇਆ ਬਜ਼ੁਰਗ ਕਿਹੜੇ ਹਾਲਾਤਾਂ ਦੇ ਵਿੱਚ ਆ। ਅਤੇ ਆ ਨਿੱਕੀ ਜਿਹੀ ਬੱਚੀ ਆ। ਬਾਪੂ ਸਤਿ ਸ਼੍ਰੀ ਅਕਾਲ, ਕੀ ਨਾਮ ਬਾਪੂ ਤੇਰਾ? ਬਲਵਿੰਦਰ ਸਿੰਘ। ਬਾਪੂ ਕੀ ਹਾਲ ਬਣਿਆ ਪਿਆ ਤੇਰਾ? ਕੋਈ ਮੈਂ ਨਹੀਂ ਕਹਿ ਸਕਦਾ, ਮੈਂ ਤਾਂ ਇੰਨਾ ਮਜਬੂਰ ਹੋ ਗਿਆ, ਛੱਡ ਗੱਲ ਤੋਂ ਕੋਈ ਨਹੀਂ ਮੈਂ ਸੁਣਦਾ। ਹਰ ਕੇ ਇੰਨਾ ਮੁੰਡਾ ਗੜੀ ਮਿਹਨਤ ਕੀਤੀ, ਮਿਹਨਤ ਕੀਤੀ, ਉਹ ਮੇਰੀ ਸੁਣੋ ਕਿਉਂਕਿ ਇੰਨਾ ਵਿਚਾਰਾ ਮੇਰਾ ਮਿਹਨਤ ਤੁਹਾਨੂੰ। ਕਿਵੇਂ ਪਸੀਨੇ ਨਾਲ ਕਿਵੇਂ ਕੱਪੜੇ ਚਿੱਟੇ ਹੋਏ ਪਏ ਆ ਬਾਬਾ ਜੀ, ਤੁਸੀਂ ਤਾਂ ਆ ਗਏ ਤਾਂ ਸਰਦੀਆਂ ਜਣਾਵਾਂ ਵੇਖੋ, ਮੈਂ ਨਹਾਉਣ ਨਹੀਂ ਦਿੰਦੇ ਉਹਦੇ ਸਿਰ 'ਚ ਵੀ ਜਟਾਵਾਂ ਬਣੀਆਂ ਪਈਆਂ, ਇਸ਼ਨਾਨ ਵੀ ਨਹੀਂ ਹੁੰਦਾ, ਨਹੀਂ ਕਰਨ ਦਿੰਦੇ, ਸਾਰਾ ਦਿਨ ਕੰਮ ਲਾਈ ਰੱਖਦੇ। ਕੌਣ? ਇਹੀ ਕਿਉਂ ਗੁਰਦੁਆਰੇ ਵਾਲੀ। ਕੋਈ ਨਾ, ਆਪਾਂ ਗੁਰੂ ਘਰ ਦੀ ਕਮੇਟੀ ਨਾਲ ਵੀ ਗੱਲ ਕਰਦੇ ਹਾਂ, ਸੈੱਟ ਅਗਲਾ ਬਾਪੂ। ਹਾਂ ਪੁੱਤ ਕੀ ਗੱਲ, ਤੇਰਾ ਕੀ ਨਾਮ ਆ? ਪਾਪਾ ਕੀ ਕਹਿੰਦੇ ਤੇਰੇ? ਇਹ ਕਾਹਤੋਂ ਰੋਂਦੇ ਨੇ? ਕੁੜੀ ਵਾਸਤੇ। ਤੇਰੀ ਭੈਣ ਆ ਵੱਡੀ, ਉਹਦਾ ਕੀ ਨਾਮ ਆ? ਕੋਮਲਜੀਤ। ਕਿੱਥੇ ਆ? ਕਿੱਥੇ ਪੁੱਤ? ਗੁਰਦੁਆਰੇ 'ਚ। ਕਿਹੜੇ ਗੁਰਦੁਆਰਾ ਸਾਹਿਬ 'ਚ ਪੁੱਤ? ਕੋਮਲਜੀਤ ਉੱਥੇ? ਭੈਣ ਤੇਰੀ ਬਾਪੂ ਉੱਥੇ ਕਾਹਤੋਂ ਆ? ਮੈਂ ਕੰਮ ਕਰਦਾ ਸੀ ਗੁਰੂ ਘਰ 'ਚ, ਗੁਰੂ ਘਰ ਦੇ ਘੋੜੇ ਨੂੰ ਸੇਵਾ ਵੀ ਕਰਦਾ ਸੀ। ਹਾਂ ਤੇ ਤਾਂ ਵੀ ਛਿੱਤਰੀ ਪੈਂਦੇ ਸੀ, ਤਾਂ ਵੀ ਜੁੱਤੀਆਂ ਵੱਜਦੀਆਂ, ਅੱਜ ਵੀ ਜੁੱਤੀਆਂ ਵੱਜੀਆਂ, ਜੁੱਤੀਆਂ ਖਾ ਕੇ ਫੇਰ ਨਿਕਲੇ ਆ। ਨਹੀਂ ਬਾਪੂ, ਹੁਣ ਤੁਸੀਂ ਗੁਰੂ ਘਰ ਸੌਂਦੇ ਸੀ ਜਾਂ ਇੱਥੇ ਸੜਕ ਤੇ ਸੌਂਦੇ ਸੀ? ਸੜਕ ਤੇ ਸੌਂਦੇ ਆਏ ਜੀ, ਗੁਰੂ ਘਰ ਤਾਂ ਸਾਨੂੰ ਕੋਈ ਨਹੀਂ ਦਿੰਦਾ, ਸੜਕ ਤੇ ਸੁੱਤੇ ਜਾਂਦਾ। ਬਾਈ ਕਿਹੜੇ ਨੇ ਬੁਲਾਇਆ? ਤੁਸੀਂ ਦੱਸਿਆ ਸਾਨੂੰ, ਵੀਡੀਓ ਬਣਾ ਕੇ ਭੇਜੀ ਸੀ, ਕਿੰਨੇ ਟਾਈਮ ਤੋਂ ਇੱਥੇ ਸੌਂਦੇ ਨੇ? ਇਹ ਜੀ ਦੋ ਦਿਨ ਹੋ ਗਏ ਇੱਥੇ ਆਏ ਨੂੰ। ਹਾਂ ਠੀਕ ਆ ਜੀ, ਵਿਚਾਰਾ ਸੜਕ ਤੇ ਹੀ ਸੌਂਦਾ ਸੀਗਾ। ਕੀ ਹੋਇਆ ਇਹਨਾਂ ਦੇ ਘਰ ਦੀ, ਕੀ ਹਾਲਤ ਆ? ਬੱਚੀ ਆ ਨਿੱਕੀ ਦੀ ਬੱਚੀ ਵੀ ਨਾਲ ਹੀ ਸੜਕ ਤੇ ਸੌਂਦੀ? ਹਾਂਜੀ ਨਾਲ ਹੀ, ਇੱਕ ਕੁੜੀ ਹੋਰ ਆ ਪਰ ਉਹ ਇਹ ਕਹਿੰਦੇ ਗੁਰਦੁਆਰੇ ਦੇ ਕੋਲ ਅੰਦਰ ਆ। ਠੀਕ ਆ ਜੀ, ਗੁਰਦੁਆਰਾ ਸਾਹਿਬ ਵਾਲੇ ਕੀ ਕਹਿੰਦੇ? ਦਿੰਦੇ ਨਹੀਂ ਗੇ? ਦਿੰਦੇ ਨਹੀਂ ਪਏ। ਇਹ ਵਿਚਾਰਾ ਸਵੇਰ ਦਾ ਨਿਕਲਿਆ ਹੋਇਆ ਜੀ, ਪਹਿਲੇ ਇੱਧਰ ਥਾਣੇ 'ਚ ਗਿਆ, ਫਿਰ ਦੂਜੇ ਉਹ ਥਾਣੇ ਵਾਲੇ ਕਹਿੰਦੇ ਸੀ ਏ ਸਟਾਫ 'ਚ ਜਾਓ, ਸੀ ਏ ਸਟਾਫ ਵਾਲੇ ਕਹਿੰਦੇ 7 ਨੰਬਰ ਥਾਣੇ 'ਚ ਜਾਓ, ਫਿਰ 7 ਨੰਬਰ ਵਾਲੇ ਕਹਿੰਦੇ, ਫਿਰ ਉਹ ਕੌਂਸਲਰ ਕੋ ਗਿਆ, ਆਮ ਆਦਮੀ ਪਾਰਟੀ ਉਹ ਭੋਲੇ ਗਰੇਵਾਲ ਕੋ, ਉਹ ਫਿਰ ਕਾਂਗਰਸ ਕੋ ਗਿਆ। ਹੁਣ ਵਿਚਾਰਾ ਕਿੱਥੇ ਧੱਕੇ ਖਾ ਕੇ ਘੁੰਮ ਫਿਰ ਕੇ ਫਿਰ ਇੱਥੇ ਆ ਗਿਆ, ਥੱਕ ਪੈ ਕੇ ਇੱਥੇ ਸੋ ਗਿਆ। ਫਿਰ ਕੁੜੀ ਤੇਰੀ ਆਉਣਾ ਚਾਹੁੰਦੀ ਹੈ ਤੇਰੇ ਕੋਲੇ? ਹਾਂਜੀ ਹਾਂ, ਕੁੜੀ ਆਉਣਾ ਚਾਹੁੰਦੀ ਹੈ, ਉਹ ਆਉਣ ਨਹੀਂ ਦਿੰਦੇ। ਨਹੀਂ ਉਹ ਧੱਕੇ ਨਾ ਨਹੀਂ ਆਉਣ ਦਿੰਦੇ, ਧੱਕੇ ਨਾ ਨਹੀਂ ਆਉਣਦੇ, ਮਾਰਦੇ ਕੁੱਟਦੇ ਨੀੜੇ ਤੋਂ ਆਉਂਦੇ। ਤੇਰਾ ਪਿੰਡ ਕਿਹੜਾ ਬਾਪੂ ਪਿੱਛੇ ਦਾ? ਪਿੰਡ ਮੇਰਾ ਸ਼ਵੀਪੁਰਾ ਅੰਮ੍ਰਿਤਸਰ ਦੇ ਲਾਗੇ। ਸ਼ਵੀਪੁਰਾ? ਹਾਂਜੀ, ਅੰਮ੍ਰਿਤਸਰ ਦੇ ਕੋਲੇ। ਹਾਂਜੀ, ਥਾਣਾ ਜੰਡਿਆਲਾ ਵਾ ਗੁਰੂ ਕਾ, ਤੇ ਪਿੰਡ ਤਰਨਤਾਰ ਰੋਡ। ਬਾਪੂ ਬੱਚੇ ਦੋ ਬੇਟੀਆਂ ਵਾ? ਦੋਵੇਂ ਬੇਟੀਆਂ। ਘਰ ਵਾਲੀ ਨੂੰ ਕੀ ਹੋ ਗਿਆ ਸੀ? ਘਰ ਵਾਲੀ ਪਾਗਲ ਹੋ ਗਈ ਸੀ, ਮੈਂਟਲ ਹੋ ਗਈ ਸੀ, ਮੈਂਟਲ ਹੋ ਕੇ ਉਹ ਵੀ ਪੂਰੀ ਹੋ ਗਈ। ਕਿਦੋਂ ਪੂਰੀ ਹੋ ਗਈ ਉਹ? ਇਹਨੂੰ ਹੋ ਗਿਆ 3-4 ਸਾਲ। ਘਰ ਵਾਲੀ ਨੂੰ ਪੂਰੀ ਹੋਈ ਨੂੰ? ਮੌਤ ਕਿਦੋਂ ਹੋਈ ਆ ਭੈਣੇ? ਮੈਂ ਇੱਥੇ ਮੌਤ ਕਿੱਥੇ ਹੋਈ ਉਹਦੀ? ਪਤਾ ਨੀ, ਇਹ ਛੱਡ ਕੇ ਆਇਆ ਸੀ ਕਿਤੇ, ਮਤਲਬ ਸੰਸਥਾ ਵਿੱਚ ਛੱਡ ਕੇ ਆਇਆ ਹੋਣਾ। ਕਿੱਥੇ ਛੱਡ ਗਿਆ ਸੀ? ਪਤਾ ਨੀ ਕਿੱਥੇ ਖੜੀ ਆ, ਉਹ ਲਾਣ ਕੇ ਆਪ ਹੀ ਲੈ ਕੇ ਗਿਆ ਸੀ।
ਫਿਰ ਉਹਦਾ ਸੰਸਕਾਰ ਵਗੈਰਾ ਕਿਹਨੇ ਕੀਤਾ? ਉਹਨਾਂ ਨੇ ਕੀਤਾ ਜੀ। ਤੁਸੀਂ ਗਏ ਸੀ ਉੱਥੇ? ਨਹੀਂ, ਮੈਨੂੰ ਲੈਣ ਆਏ ਪਰ ਮੇਰੀ ਵਾਹ ਕੋਈ ਨਹੀਂ, ਮੈਂ ਕੁੜੀਆਂ ਨੂੰ ਛੱਡ ਕੇ ਕਿੱਥੇ ਜਾਂਦਾ, ਕੁੜੀਆਂ ਇਕੱਲੀਆਂ ਭਾਮੀਆਂ ਬੈਠੀਆਂ ਸੀ ਰੋਡ ਦੇ ਉੱਤੇ। ਤੇਰਾ ਚੂਹਾ ਟੁੱਟਿਆ ਹੋਇਆ? ਹਾਂਜੀ, ਇੱਥੇ ਦਰਦ ਨਿਕਲਦੀ ਆ। ਤੁਰ ਨਹੀਂ ਹੁੰਦਾ ਪੂਰਾ? ਨਹੀਂ ਤੁਰਿਆ ਜਾਂਦਾ ਜੀ, ਬਹੁਤ ਬੁਰਾ ਹਾਲ ਆ। ਤੂੰ ਪੁੱਤ ਆਪਣੀ ਭੈਣ ਨੂੰ ਮਿਲਣਾ ਚਾਹੁੰਦੀ ਆ? ਤੇਰਾ ਕੀ ਨਾਮ ਆ? ਲਵਪ੍ਰੀਤ। ਲਵਪ੍ਰੀਤ, ਤੈਨੂੰ ਬੁਖਾਰ ਆ? ਕਿੰਨੀ ਗਰਮ ਗਰਮ ਪਈ ਆ ਤੂੰ? ਬਾਪੂ, ਇਹ ਵੀ ਕੁੜੀ ਨਾਲ ਹੀ ਸੜਕ ਤੇ ਆਉਂਦੀ ਇੱਥੇ। ਲਵਪ੍ਰੀਤ, ਤੂੰ ਪੜ੍ਹਦੀ ਨੀ ਪੁੱਤ? ਸਕੂਲੇ ਨੀ ਜਾਂਦੀ? ਪਹਿਲਾਂ ਜਾਂਦੀ ਸੀ, ਕਦੇ ਵੀ ਨੀ ਗਈ ਸਕੂਲੇ? ਤੇ ਦੂਜੀ ਕੁੜੀ? ਦੂਜੀ ਕੁੜੀ ਵੀ ਨੀ ਪੜ੍ਹਨ ਦਿੱਤੀ ਉਹਨਾਂ ਨੇ? ਉਹ ਵੀ ਨੀ ਜਾਂਦੀ ਸਕੂਲੇ? ਗੁਰੂ ਘਰ ਚ ਰਹਿੰਦੇ ਸੀ, ਉੱਥੇ ਵੀ ਨੀ ਪੜ੍ਹਾਇਆ ਉਹਨਾਂ ਨੇ? ਕੋਈ ਨੰਬਰ ਹੈਗਾ ਤੁਹਾਡੇ ਕੋਲ? ਤੁਹਾਡੇ ਬੱਚਿਆਂ ਨੂੰ ਕਾਹਤੋਂ ਰੱਖਿਆ ਹੋਇਆ ਉਹਨਾਂ ਨੇ? ਬੇਟੀ ਨੂੰ ਰੋਟੀ ਰਾਟੀ ਖਾ ਕੇ ਸ਼ਾਮ ਨੂੰ ਆਇਆ ਜਾ ਕਰਨੀਆਂ, ਸਾਰਾ ਕੰਮ ਕਰਾਉਂਦੇ ਸੀਗੇ ਉਹ। ਕੁੜੀ ਭਾਂਡੇ ਮਜਾਉਣੇ, ਪੋਚੇ ਮਰਾਉਣੇ, ਨਾਲੇ ਮਾਰਨਾ, ਨਾਲੇ ਕੁੱਟਣਾ। ਉਹ ਦੂਰੀ ਕੁੜੀ ਨਾਲ ਵੀ ਇਹੀ ਹਾਲ ਹੋਣਾ ਬਾਹਰ। ਉਹ ਤੋਂ ਵੀ ਕੰਮ ਕਰਾਉਂਦੇ ਆ? ਰੋ ਨਾ ਬਾਈ, ਰੋ ਨਾ। ਕੀ ਨਾਮ ਦੱਸਿਆ ਤੁਸੀਂ ਆਪਣਾ? ਬਲਵਿੰਦਰ ਸਿੰਘ। ਬਲਵਿੰਦਰ ਬਾਈ, ਰੋ ਨਾ, ਕੋਈ ਨਾ, ਰੋ ਨਾ ਯਾਰ। ਅਸੀਂ ਤਾਂ ਤੇਰੀ ਹਾਲਤ ਦੇਖ ਕੇ, ਜਦੋਂ ਬਾਈ ਨੇ ਵੀਡੀਓ ਭੇਜੀ, ਇਹਦਾ ਤੁਰੰਤ ਤੁਰ ਪਏ ਉੱਥੋਂ ਵੀ ਜਾ ਕੇ ਹਾਲਤ ਦੇਖੀ ਆ, ਵੀ ਨਿੱਕੀ ਬੱਚੀ ਕਰਕੇ ਅਸੀਂ ਆਏ ਆ। ਦੂਜੀ ਕੁੜੀ ਦਾ ਵੀ ਕੋਈ ਨਾ ਆਪਾਂ ਉਹਨਾਂ ਨਾਲ ਗੱਲ ਕਰਦੇ ਆ, ਗੁਰਦੁਆਰਾ ਵਾਲਿਆਂ ਨਾਲ। ਉਹ ਜ਼ਰੂਰ ਆਪਣੀ ਗੱਲ ਸੁਣਨਗੇ, ਕੋਈ ਚੱਕਰ ਨਹੀਂ ਗਾ। ਕੋਈ ਇੱਕ ਗੱਲ ਇਹੋ ਜਿਹੀ ਦੱਸ, ਕੋਈ ਇਹੋ ਜਿਹੀ ਗੱਲ ਨਾ ਹੋਵੇ ਤੇਰੀ ਵੀ ਜਿਹੜੀ ਸਾਨੂੰ ਪਤਾ ਨਾ ਹੋਵੇ। ਤੂੰ ਨਸ਼ਾ ਕਰਦਾ ਕੋਈ? ਨਹੀਂ ਜੀ, ਨਹੀਂ। ਝੂਠ ਨਹੀਂ ਬੋਲਣਾ ਬਾਬੇ, ਦੇਖ ਉੱਥੇ ਜਾਵਾਂਗੇ, ਉਹ ਦੱਸਣਗੇ ਸਾਨੂੰ। 2 ਦਿਨ ਹੋ ਗਏ ਮੈਂ ਇੱਥੇ ਪੈਰ ਨੂੰ, ਦੋ ਇੱਥੇ ਪੈ ਰਹੀ ਆ। ਪਹਿਲਾਂ ਕੋਈ ਨਸ਼ਾ ਕਰਦਾ ਜੀ ਇਹ? ਨਹੀਂ, ਨਸ਼ਾ ਤਾਂ ਨਹੀਂ ਕਰਦਾ ਹੈਗਾ ਉਹਦਾ, ਪਰ ਬਾਹਰ ਰਹਿੰਦਾ ਵੀ ਹੁਣ ਤਾਂ ਸਾਨੂੰ ਇੰਨਾ ਪਤਾ ਨਹੀਂ ਹੈਗਾ ਵੀ ਘਰ ਦੀ ਪੂਰੀ ਹੋਈ, ਉਸ ਤੋਂ ਬਾਅਦ ਸਾਰਾ ਕੁਝ ਬਿਖਰ ਗਿਆ। ਕੁੜੀ ਦੇ ਦੋ, ਹਾਂ ਕੁੜੀ ਚੱਕੀ ਨਾਲ ਥੋੜੀ ਬੱਚਾ ਰੱਖ ਸਕਦੇ ਆ। ਆਪਣੀ ਪਾਲੇ ਪਹਿਲਾਂ ਵੀ ਸੜਕਾਂ ਤੇ ਰਹਿੰਦੇ ਸੀਗੇ। ਦਿੱਤਾ ਹੋਇਆ ਕੀ ਗੱਲ ਆ, ਕਿੱਦਾਂ ਆ? ਕੁੜੀ ਦੇ ਆਉਣ ਨੂੰ ਤਿਆਰ ਵਾ, ਕੁੜੀ ਆਉਣ ਨੂੰ ਤਿਆਰ ਆਉਣ ਨੀ ਦਿੰਦੇ। ਬਸ ਕੁੰਡਾ, ਅੰਦਰ ਨੂੰ ਕੁੰਡਾ ਲਾ ਕੇ ਤਾਲਾ ਮਾਰ ਦਿੰਦੇ ਆ। ਕੀ ਨਾਂ ਗੁਰਦੁਆਰਾ ਸਾਹਿਬ ਦਾ? ਨੀਲੇ ਝੰਡੇ ਵਾਲਾ ਗੁਰਦੁਆਰਾ, ਮੱਛੀ ਮੰਡੀ ਦੇ ਬਾਗ ਬਿਲਕੁਲ ਮੱਛੀ ਮੰਡੀ ਆ, ਜੇਲ ਦੇ ਕੋਲੇ। ਹਾਂਜੀ ਹਾਂਜੀ, ਆਪਾਂ ਚੱਲੀਏ ਉੱਥੇ, ਲਾਪਰੀ ਚੱਲੀਏ ਆਪਾਂ, ਭੈਣ ਨੂੰ ਲੈ ਕੇ ਆਈਏ। ਤੂੰ ਫਿਰ ਸਕੂਲੇ ਪੜ੍ਹਨਾ ਚਾਹੁੰਦੀ ਆ? ਜੇ ਸਕੂਲੇ ਪੜ੍ਹਨ ਲਾ ਦਈਏ ਤੁਹਾਨੂੰ, ਤੁਸੀਂ ਪੜ੍ਹੋਗੇ? ਬਾਪੂ ਤੂੰ ਵੈਸੇ ਠੀਕ ਆ, ਤੇਰਾ ਸਰੀਰਕ ਤੌਰ 'ਤੇ ਤੂੰ ਠੀਕ ਆ, ਤੂੰ 4 ਪੈਸੇ ਕਮਾ ਕੇ ਬੱਚਿਆਂ ਨੂੰ ਪੜ੍ਹਾਉਣ ਕਾਹਤੋਂ ਨਹੀਂ ਲਾਇਆ ਹੁਣ ਤੱਕ? ਇੰਨੇ ਸਾਲ ਹੋ ਗਏ ਦਿੰਦੇ ਕੁਛ ਨਹੀਂ ਜੀ। ਕੌਣ? ਇਹੀ ਕੋਈ ਜਿਹੜੇ ਨੰਗਾਂ ਦਾ ਕੰਮ ਕਰਦੇ। ਕਿੰਨੇ ਸਾਲ ਹੋ ਗਏ ਤੈਨੂੰ ਉੱਥੇ ਲੱਗਿਆ ਨੂੰ? ਮੈਨੂੰ ਘੱਟ ਤੋਂ ਘੱਟ ਵੀ ਇਹਨਾਂ ਪਤਾ 10-11 ਸਾਲ ਹੋ ਗਏ ਮੇਰੇ ਕੋਲ। ਉੱਥੇ ਜਦੋਂ ਤੁਹਾਡੀ ਘਰ ਵਾਲੀ ਸੀਗੀ ਉਦੋਂ ਵੀ ਉੱਥੇ ਕੰਮ ਕਰਦੇ ਸੀ? ਹਾਂਜੀ, ਉਦੋਂ ਵੀ ਉੱਥੇ ਹੀ ਕੰਮ ਕਰਦਾ ਸੀ। ਕੀ ਕੰਮ ਕਰਦੇ ਹੋ ਤੁਸੀਂ? ਬਸ ਇਹਨੂੰ ਬੂਟੀ ਵੱਢ ਕੇ ਦੇਣੀ, ਪਾਣੀ ਲਿਆਉਣਾ। ਘੋੜਿਆਂ ਨੂੰ ਪਾਉਂਦੇ ਹੋ? ਹਾਂਜੀ, ਘੋੜੇ ਸਾਂਭਦੇ ਹੋ? ਘੋੜੇ ਆਉਂਦੇ, ਇੱਕ ਵਾਰ ਘੋੜਾ ਇਹਨਾਂ ਕੋਲ ਪਹਿਲਾਂ ਪੀਂਦਾ ਸੀ? ਨਹੀਂ ਨਹੀਂ, ਬਿਲਕੁਲ ਛੱਡਿਆ ਹੋਇਆ ਸੀ ਮੈਨੂੰ, ਛੱਡੇ ਨੂੰ 5-6 ਸਾਲ ਹੋ ਗਿਆ। ਜਿਹੜੀ ਬੂਟੀ ਵੱਢ ਕੇ ਲਿਆਉਂਦੇ ਸੀ, ਕਿਹੜੀ ਇਹ ਭੰਗ ਵੱਢ ਕੇ ਲਿਆ ਕੇ ਦਿੰਦੇ ਸੀ? ਭੰਗ ਵੱਢ ਕੇ ਲਿਆ ਕੇ ਸਾਰਾ ਦਿਨ ਕੁੱਤੇ ਦੀ ਮੌਤ ਮਾਰਦੇ ਸੀ। ਤਨਖਾਹ ਕਿੰਨੀ ਆ? 150 ਰੁਪਿਆ ਦਿੰਦੇ ਸੀ। ਫਿਰ ਉਹ 150 ਦਾ ਕੀ ਕਰਦੇ ਸੀ? 150 ਦੀ ਰੋਟੀ ਤੇ ਪਾਣੀ ਖਾ ਲੈਂਦੇ, ਹੋਰ ਕੀ ਕਰਨਾ? ਦੋਨਾਂ ਕੁੜੀਆਂ ਨੂੰ ਖਵਾ ਦੇਣਾ। ਨਹੀਂ, ਰੋਟੀ ਗੁਰੂ ਘਰ ਤੋਂ ਨਹੀਂ ਸੀ ਮਿਲਦੀ? ਉਹ ਕਰਦੇ ਸੀ ਇੱਕ ਟਾਈਮ 4 ਫੁਲ ਕੇ ਦਿੰਦੇ ਸੀ। ਨਹੀਂ ਬਾਪੂ, ਇਹ ਗੱਲ ਸਾਰੀਆਂ ਕਿਤੇ ਉੱਥੇ ਜਾ ਕੇ ਗਲਤ ਨਾ ਨਿਕਲੇ। ਹੁਣ ਆਪਣੇ ਦੁਨੀਆ ਦੇਖ ਰਹੀ ਹੈ, ਲਾਈਵ ਚੱਲ ਰਹੀ ਹੈ, ਵੀਡੀਓ ਸਾਰੀ ਦੁਨੀਆ ਦੇਖ ਰਹੀ ਹੈ ਇਸ ਟਾਈਮ।
ਸੱਚ ਦੱਸਿਓ ਜਿਹੜੀ ਵੀ ਗੱਲ ਹੈਗੀ ਆ ਸੱਚਾਈ ਤੁਹਾਨੂੰ ਮੇਰੇ ਰੰਗ ਢੰਗ ਤੋਂ ਲਿਖਣਦੀ ਆ ਹਾਲਤ ਦੱਸਦੀ ਹੈ ਤੇਰੀ ਵੀ ਤੂੰ ਬਹੁਤ ਮਾੜੀ ਹਾਲਤ ਚ ਆ ਪਰ ਗੱਲ ਇੱਕ ਬੜੀ ਦੁੱਖ ਦੀ ਹੈ ਜੀ ਇਹ ਬੱਚੀ ਇਹ ਕਿੰਨੇ ਸਾਲਾਂ ਦੀ ਹੋ ਗਈ 7 ਸਾਲ ਦੀ ਆ ਨਾ ਤਾਂ ਇਹ ਸਕੂਲੇ ਪਾਈ ਆ ਪੜਨ ਗੁਰੂ ਘਰ ਦੇ ਵਿੱਚ ਜੁੜਿਆ ਹੋਇਆ ਬਾਈ 11 ਸਾਲਾਂ ਤੋਂ ਦੱਸਦਾ ਵੀ ਗੁਰੂ ਘਰ ਦੇ ਵਿੱਚ ਹੀ ਇਹ ਕੰਮ ਕਰਾਉਂਦਾ ਚਾਹੇ ਚਲੋ 100-150 ਰੁਪਇਆ ਲੈਂਦਾ ਵਾ ਦਿਨ ਦਾ ਪਰ ਨਿੱਕੀਆਂ ਬੱਚੀਆਂ ਨੂੰ ਤਾਂ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਹੈ ਜਿਹੜੀ ਜਾਂ ਉੱਥੋਂ ਦੇ ਜਿਹੜੇ ਪ੍ਰਬੰਧਕ ਆ ਇਹਨਾਂ ਨੂੰ ਸਕੂਲੇ ਪੜ੍ਹਨ ਹੀ ਲਾ ਦਿੰਦੇ ਹੁਣ ਕਿੰਨੇ ਸਾਲਾਂ ਦੀ ਹੋ ਗਈ ਹੈ 7 ਸਾਲਾਂ ਦੀ ਉਹ 12 ਸਾਲਾਂ ਦੀ ਹੋ ਗਈ ਦੂਜੀ ਕੁੜੀ ਉਹ ਵੀ ਉੱਥੇ ਦੱਸਦੇ ਆ ਵੀ ਉਹਨਾਂ ਤੋਂ ਕੰਮ ਹੀ ਕਰਾਉਂਦੇ ਆ ਯਾਨੀ ਕਿ ਉਹਨਾਂ ਨੂੰ ਪੜ੍ਹਨ ਨਹੀਂ ਲਾਇਆ ਹੋਇਆ ਕਿਤੇ ਕਿੰਨੀ ਕੁ ਦੂਰ ਹੈ ਸਕੂਲ ਬਾਬੇ ਆਓ ਚੱਲੀਏ ਆਪਾਂ ਉੱਥੇ ਚੱਲਦੇ ਫਿਰ ਚੱਲ ਆਪ ਚੱਲੀਏ ਸਕੂਲੇ ਪੜ੍ਹਨ ਲੱਗਣਾ ਫਿਰ ਤੂੰ ਚੱਲ ਠੀਕ ਤੁਸੀਂ ਚੱਲੋਗੇ ਭੈਣ ਜੀ ਨਾਲ ਮਾੜਾ ਜਿਹਾ 2-4 ਜਾਣੇ ਆ ਜਾਓ ਨਾਲ ਮਹੱਲੇ ਵਾਲੇ ਆ ਜਾਓ ਜੀ 2 ਮਿੰਟ ਨਾਲ ਹੀ ਪੁੰਨ ਦਾ ਕੰਮ ਆ ਆ ਜਾਓ ਇੱਥੇ ਨੇੜੇ ਗੁਰੂ ਘਰ ਆ ਜੀ ਅਸੀਂ ਉੱਥੇ ਵੀ ਜਾ ਕੇ ਸੱਚਾਈ ਹੈ ਜਿਹੜੀ ਉਹ ਤੋਂ ਜਾਣੂ ਹੋਵਾਂਗੇ ਵੀ ਗੱਲ ਕੀ ਹੈ ਅਸਲ ਦੇ ਵਿੱਚ ਅਸਲੀਅਤ ਦੇ ਵਿੱਚ ਕੀ ਗੱਲ ਆ ਤਾਂ ਜੋ ਪਤਾ ਲੱਗ ਸਕੇ ਸਾਨੂੰ ਵੀ ਕਾਕਾ ਗੱਡੀ ਕਰੋ ਸਟਾਰਟ ਸਤਨਾਮ ਗੱਡੀ ਕਰ ਸਟਾਰਟ ਪੁੱਤ ਆਇਆ ਬਾਪੂ ਆਇਆ ਆ ਜਾ ਇੱਥੇ ਗੱਡੀ 'ਚ ਬਹਿ ਜਾ ਇੱਥੇ ਬੈਠ ਹੋ ਜਾਣਾ ਬੈਠ ਹੋ ਜਾਣਾ ਬਹਿ ਜਾ ਪੁੱਤ ਤੂੰ ਲੱਭੇ ਤੂੰ ਮੂਹਰੇ ਬਹਿ ਜਾ ਪੁੱਤ ਗੱਡੀ 'ਚ ਉਹ ਇੱਥੇ ਬਹਿ ਜਾ ਬਹਿ ਜਾ ਆਨੇ ਹਾਂ ਕੋਈ ਨਾ ਇੱਥੇ ਪਰੇ ਨੂੰ ਕਰਕੇ ਬਹਿ ਜਾ ਪੁੱਤ ਇੱਥੇ ਬਹਿ ਜਾ ਨਾਲ ਤੀਰੂ ਬੈਠ ਵਿੱਚ ਗੱਡੀ ਦੇ ਤੀਰੂ ਕਿੱਧਰ ਗਿਆ ਮੈਂ ਤੇ ਬੈਠ ਬੱਚੀ ਕੋਲੇ ਸਤਨਾਮ ਤੂੰ ਇੱਥੇ ਖੜ ਜਾ ਆ ਬੈਗ ਜਾ ਪਰੇ ਨੂੰ ਕਰ ਲਾ ਪੁੱਤ ਬਹਿ ਜਾ ਤੀਰੂ ਵਿੱਚ ਆ ਬੈਗ ਪਰੇ ਨੂੰ ਕਰ ਲਾ ਤੀਰੂ ਕਰ ਬੈਗ ਪਰੇ ਬਹਿ ਜਾ ਭੈਣੇ ਬਹਿ ਜਾ ਬੱਚੀ ਬਹਿ ਜਾ ਆ ਬੱਚੀ ਦੇ ਨਾਲ ਬਹਿ ਜਾ ਸਟਾਰਟ ਕਿਹਨੇ ਕੀਤੀ ਆ ਕਮਾ ਗੱਡੀ ਮੇਰਾ ਅਲੀ ਤੂੰ ਚਲਾ ਤੇ ਅਸੀਂ ਤੂੰ ਇਹਦੇ ਮਗਰ ਬੈਠਾ ਆ ਜਾਓ ਜੀ ਅਸੀਂ ਵੀ ਸਕੂਟਰਾਂ ਤੇ ਚੱਲਦੇ ਹਾਂ ਨਾਲ ਆ ਜਾਓ ਦੇਖਦੇ ਹਾਂ ਅਸਲੀਅਤ ਦੇ ਵਿੱਚ ਕੀ ਕਹਾਣੀ ਹੈ ਕੀ ਗੱਲ ਆ ਪਰ ਬੜੀ ਦੁੱਖ ਦੀ ਗੱਲ ਆ ਵੀ ਨਿੱਕੀਆਂ ਨਿੱਕੀਆਂ ਬੱਚੀਆਂ ਦੀ ਪੜ੍ਹਾਈ ਵੀ ਨਹੀਂ ਵਿਚਾਰੀਆਂ ਦੀ
ਓਏ ਆਟੋ ਵਾਲੇ ਨੂੰ ਰੋਕੀ ਆ ਲੋ ਕਿੰਨੀ ਦੂਰ ਹੈ ਗੁਰਦੁਆਰਾ ਸਾਹਿਬ ਅਸੀਂ ਗਲੀ ਬਾਹਰ ਨਿਕਲ ਗਿਆ ਤਾਂ ਰੋਡ ਤੇ ਹੀ ਬਣੇ ਇਹ ਪਨੀਤ ਨਗਰ ਮਹੱਲਾ ਹਾਂਜੀ ਹਾਂਜੀ ਪਨੀਤ ਨਗਰ ਜਿੱਥੋਂ ਆਪਾਂ ਚੱਕਿਆ ਵਾ ਬਈ ਨੂੰ ਹਾਂਜੀ ਟੋਹਾ ਮਹੱਲਾ ਕਿਹਾ ਜਾਂਦਾ ਜੀ ਟੋਹਾ ਮਹੱਲਾ ਹਾਂਜੀ ਹਾਂਜੀ ਟੋਹਾ ਮਹੱਲਾ ਕਹਿੰਦੇ ਉਹ ਟੋਹਾ ਜਾਂ ਨਹੀਂ ਆਇਆ ਡੂੰਗਾ ਜਾਂ ਨਹੀਂ ਆਇਆ ਹੈਗਾ ਨਾ ਸਾਰਾ ਹਾਂ ਟੋਹਾ ਮਹੱਲਾ ਕਹਿੰਦੇ ਮੈਂ ਕਿਹਾ ਜੇ ਚੰਗੀ ਬਾਰਿਸ਼ ਪੈਂਦੀ ਉਹ ਮੀਂਹ ਪੈਂਦਾ ਉਹ ਉੱਥੇ ਪਾਣੀ ਬਹੁਤ ਭਰ ਜਾਂਦਾ ਹੁਣ ਉੱਧਰ ਤਾਂ ਭਰ ਜਾਂਦਾ ਜੀ ਹੁਣ ਤਾਂ ਸੀਵਰੇਜ ਪੈ ਗਏ ਨੇ ਸਾਰੇ ਜੀ ਅੱਛਾ ਹੁਣ ਵੀ ਇਹ ਆ ਕਿ ਵੀ ਜਿਨ੍ਹਾਂ ਦੇ ਜ਼ਿਆਦਾ ਨੀਵੇਂ ਨੇ ਉਹਨਾਂ 'ਚ ਮਾੜਾ ਮੋਟਾ ਆ ਜਾਂਦਾ ਪਾਣੀ ਕੀ ਹੋ ਗਿਆ ਕਿੱਥੇ ਰਹਿ ਗਏ ਉਧਰ ਦੇ ਨਿਕਲ ਗਏ ਹੋਣੇ ਕੋਈ ਰਾਹ ਉਧਰ ਦੀ ਤਾਂ ਨਹੀਂ ਰਾਹ ਸੀਗਾ ਕੋਈ ਪਤਾ ਨਹੀਂ ਬਾਹਰੋਂ ਗੱਡੀ ਨਾਲ ਲੈ ਗਏ ਹੋਣ ਕਿਤੇ ਰੋਡ ਦੀ ਬਾਹਰ ਮੇਨ ਰੋਡ ਦੀ ਬਾਹਰ ਦੀ ਤਾਂ ਨਹੀਂ ਲੈ ਉਧਰ ਦੀ ਨਾਲ ਲੈ ਗਏ ਹੋਣ ਗੱਡੀ ਕਿਉਂਕਿ ਉੱਥੋਂ ਨਿੰਗੀ ਹੈ ਗੱਡੀ ਹੁਣ ਠੀਕ ਆ ਕੋਈ ਨਾ ਜੀ ਮਿਲ ਉਹ ਤੋੜ ਕੇ ਲਾਇਆ ਵੀਰੇ
कमाल होगी सपना ला ला बच्ची नू आ जा बापू आया बापू आ जा की होया तुरन च की दिक्कत आ ते किन्ने टाइम तो होनी हुई आ कोई सट लगी सी अच्छा ਵੀਰੇ ਬਾਬੇ ਨੂੰ ਇੱਥੇ ਦੇਖਦੇ ਹੋ ਨਾ ਤੁਸੀਂ ਅੱਗੇ ਵੀ ਬਾਬੇ ਨੂੰ ਇੱਥੇ ਅੱਗੇ ਦੇਖਦੇ ਹੋ ਨਾ ਇੱਥੇ ਹਾਂਜੀ ਹਾਂਜੀ ਇੱਥੇ ਰਹਿੰਦਾ ਗੁਰੂ ਘਰ ਚ ਇਹ ਗੁਰੂ ਘਰ ਆ ਬਾਬਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਹੀ ਗੁੱਡੀ ਆ ਆਇਆ ਪੁੱਤਰ ਆ ਜਾ ਹਾਂਜੀ ਭੈਣੇ ਬਾਬਾ ਜੀ ਕਿੱਥੇ ਨੇ ਇਹ ਗੁਰੂ ਗੁਰਦੁਆਰਾ ਸਾਹਿਬ ਪੁੱਤ ਪੁੱਤੇ ਕੌਣ ਆ ਕੌਣ ਇਹ ਡੈਡੀ ਦੇ ਨਾਲ ਜਾਣਾ ਚਾਹੁੰਦੀ ਆ ਤੂੰ ਡੈਡੀ ਨਾਲ ਨਹੀਂ ਜਾਣਾ ਛੱਡ ਦੇ ਕੋਈ ਨਾ ਕੀ ਹੋਇਆ ਪੁੱਤ ਦੱਸ ਆ ਨਿੱਕੀ ਜੀ ਭੈਣ ਤੇਰੀ ਇਹ ਵੀ ਸੜਕ ਤੇ ਆ ਬਾਪੂ ਵੀ ਸੜਕ ਤੇ ਰਹਿੰਦਾ ਤੂੰ ਇੱਥੇ ਰਹਿਣਾ ਗੁਰੂ ਘਰ ਚ ਰਹਿੰਦੇ ਆ ਇਹ ਕਾਹ ਤੋਂ ਸੜਕ ਤੇ ਰਹਿੰਦੇ ਫਿਰ डरना पुत जे तेन कोई गल डरन की लोड़ नहीं मेरा पुत असि एनजीओ तो आए अभी थोड़ी मदद लाई आए ते बाबा जी ने आप गल करते जे तू अपने पापा ना रहना स्कूले पढ़ना चाहनी है तू ਜੇ ਤੁਹਾਡੀ ਪੜ੍ਹਾਈ ਸ਼ੁਰੂ ਕਰਾਈ ਜਾਵੇ ਤੂੰ ਪੜ੍ਹਦੀ ਹੁਣ ਪੜ੍ਹੀਆਂ ਕਦੇ ਸਕੂਲੇ ਗਈਆਂ ਨਹੀਂ ਘਰੇ ਪੜ੍ਹਾਉਂਦੀਆਂ ਨੇ ਦੀਦੀਆਂ ਮੈਨੂੰ ਹਾਂ ਮੈਨੇ ਕਿ ਪੜ੍ਹ ਸਕੂਲੇ ਤਾਂ ਨਹੀਂ ਗਈ ਕਦੇ ਤੂੰ ਪੜ੍ਹਨਾ ਚਾਹੁੰਦੀ ਸਕੂਲੇ ਘਬਰਾਉਣਾ ਨਹੀਂ ਗਾ ਕਿਸੇ ਗੱਲੋਂ ਤੇ ਜੇ ਤੂੰ ਪੜ੍ਹਨਾ ਚਾਹੁੰਦੀ ਹੈ ਪੁੱਤ ਦੇਖ ਤੈਨੂੰ ਪੜ੍ਹਾਈ ਕਰਾਵਾਂਗੇ ਜੇ ਤੂੰ ਪੜ੍ਹਨਾ ਤੇ ਭੈਣ ਨੂੰ ਵੀ ਕਮਰਾ ਕਿਰਾਏ ਤੇ ਲੈ ਕੇ ਦੇਵਾਂਗੇ ਜੇ ਤੁਸੀਂ ਆਪਦੀ ਜ਼ਿੰਦਗੀ ਬਣਾਉਣਾ ਚਾਹੁੰਦੇ ਹੋ ਪਰ ਪੁੱਤ ਆਪਣੇ ਪਾਪਾ ਦੇ ਨਾਲ ਰਹਿਣਾ ਵਾ ਕਿਉਂਕਿ ਇਹ ਪਾਪਾ ਤੇਰੇ ਆਪਣੇ ਨੇ ਤੇਰਾ ਖੂਨ ਆ ਇਹ ਆ ਤੇਰੀ ਭੈਣ ਆ ਨਿੱਕੀ ਇਹਨਾਂ ਨੂੰ ਲੋੜ ਆ ਤੇਰੀ ਠੀਕ ਆ ਨਾ ਪਰ ਜੇ ਪਾਪਾ ਜੀ ਗਲਤ ਨੇ ਕੋਈ ਪਾਪਾ ਇਹ ਗਲਤ ਬੰਦਾ ਵਾ ਹੈ ਪੁੱਤ ਸ਼ਰਾਬ ਪੀਣੋ ਨਹੀਂ ਹਟਦਾ ਦੇਖ ਬਾਪੂ ਗੱਲ ਸੁਣ ਲਾ ਮੈਂ ਤੈਨੂੰ ਵੀ ਕਹੀ ਸੀ ਜੇ ਤੂੰ ਗਲਤ ਤੇਰੀ ਗਲਤੀ ਹੋਈ ਅਸੀਂ ਤੇਰਾ ਸਾਥ ਨਹੀਂ ਦੇਣਾ ਸ਼ਰਾਬ ਰੋਜ਼ ਪੀਂਦਾ ਬਵੀ ਕਿੱਥੇ ਤੂੰ ਬੋਬੀ ਨੂੰ ਛੱਡ ਤੂੰ ਗਵਾਹ ਉਹ ਤਾਂ ਵਿਚਾਰਾ ਦੋ ਦਿਨਾਂ ਦਾ ਹੋਊਗਾ ਗਵਾਹ ਇਹ ਤਾਂ ਰੋਜ਼ ਦੇਖਦੇ ਆ ਨਾ ਬੱਚੀ ਇਹ ਬੱਚੀ ਇਹ ਤਾਂ ਬੱਚੀ ਤੁਹਾਡੀ ਆਪਣੀ ਆ ਨਾ ਤੇਰੀ ਹਾਂਜੀ ਤੇਰੀ ਘਰ ਵਾਲੀ ਬਾਈ ਮਰ ਗਈ 7-8 ਮਹੀਨੇ ਹੋ ਗਏ ਆ ਉਦੋਂ ਤੋਂ ਤੂੰ ਇੱਥੇ ਰਹਿੰਦੇ ਗੁਰੂ ਘਰ ਚ ਆ ਨਹੀਂ ਉੱਥੇ ਬਾ ਰੋਡ ਤੇ ਇੰਨੇ ਆ ਸੌਂਦੇ ਰਾਤ ਨੂੰ ਰੋਡ ਤੇ ਆ ਨਹੀਂ ਨਹੀਂ ਗੁਰੂ ਘਰ ਚ ਹੁੰਦੇ ਤੂੰ ਹੀ ਤੇ ਗੁਰੂ ਘਰ ਨਹੀਂ ਮੈਂ ਤਾਂ ਨਹੀਂ ਗੁਰੂ ਘਰ ਨੂੰ ਸੰਦਾ ਇਹ ਕਿੱਥੇ ਸੌਂਦਾ ਇਹ ਕਿੱਥੇ ਸੌਂਦਾ ਡੈਡੀ ਦੁਕਾਨ ਤੇ ਸੌਂਦਾ ਤੇ ਇਹ ਨਾ ਮਤਲਬ ਤੂੰ ਕਿੱਥੇ ਰਹਿਣਾ ਡੈਡੀ ਨਾਲ ਤੂੰ ਪੁੱਤ ਡੈਡੀ ਨਾਲ ਰਹਿ ਨਹੀਂ ਸਕਦੀ ਡੈਡੀ ਮਾੜੇ ਆ ਹਾਂ ਗੁਰੂ ਘਰ ਚ ਰਹਿਣਾ ਠੀਕ ਆ ਪੁੱਤ ਕੋਈ ਨਾ ਕਿੱਥੇ ਬਾਬਾ ਜੀ ਨੂੰ ਬੁਲਾਓ ਜੀ ਕੀ ਹਾਲ ਨੇ ਖਾਲਸਾ ਜੀ ਠੀਕ ਠਾਕ ਹੋ ਇਹ ਬੰਦਾ ਤੁਹਾਡੇ ਕੋਲ ਕੰਮ ਕਰਦਾ ਕਿੰਨੇ ਕੁ ਸਾਲਾਂ ਤੋਂ ਕਰ ਰਿਹਾ ਕੰਮ ਸਾਲਾਂ ਤਾਂ ਨਹੀਂ ਆ ਥੋੜਾ ਜਿਹਾ ਵੀ ਹੋਇਆ ਮਹੀਨੇ ਪਹਿਲਾਂ ਦੂਸਰੇ ਸੀ ਨਾ ਇਹਨਾਂ ਤੋਂ ਪਹਿਲਾਂ ਹੋਰ ਸੀ ਹਾਂ ਉਹਨਾਂ ਨੇ ਪੰਗਾ ਪੈ ਗਿਆ ਇਹਨਾਂ ਨੂੰ ਭਜਾਤਾ ਪਹਿਲਾਂ ਤਾਂ ਉਹਨਾਂ ਨੇ ਕੰਮ ਕਰਦਾ ਸੀ ਮੈਂ 12 ਸਾਲ ਹੋ ਗਏ ਮੈਨੂੰ ਕਰਮ ਕਰਦੇ ਨੂੰ ਤੇ ਕੱਲ ਪਰਸੋਂ ਹੀ ਗਿਆ ਚੰਗਾ ਭਲਾ ਸਾਨੂੰ ਦੱਸਦਾ ਵੀ ਜਾਣਾ ਤੇ ਚੱਲ ਜਾਂਦਾ ਅਸੀਂ ਕਿਹੜਾ ਨੇ ਰੋਕਿਆ ਕਦੇ ਪੁੱਛ ਲਓ ਉੱਥੇ ਹੀ ਰਹਿੰਦਾ ਸੀ ਆਪ ਹੀ ਇਹਨੇ ਕੁੜੀਆਂ ਛੱਡੀਆਂ ਵੀ ਇੱਥੇ ਹੀ ਛੱਡਣੀਆਂ ਹਾਂਜੀ ਬਾਬਾ ਜੀ ਕੀ ਹਾਲ ਨੇ ਖਾਲਸਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ
ਹਾਂਜੀ ਕੀ ਹੈ ਬੰਦ ਕਰੋ ਇਹਦੇ ਵਿੱਚ ਸਾਡਾ ਥੋੜੀ ਹਮ ਕਸੂਰੇ ਵੀ ਬਾਬਾ ਜੀ ਦੀ ਫੋਟੋ ਹੈਗੀ ਭਾਜੀ ਗੱਲ ਸੰਦੇ ਸੀ ਇਹਨਾਂ ਦੀ ਕਰ ਸਕਦੇ ਅਸੀਂ ਗੱਲ ਕਰ ਰਹੇ ਹਾਂ ਭੈਣੇ ਕੋਈ ਤੁਹਾਡੀ ਗਲਤ ਫੋਟੋ ਨਹੀਂ ਪਾਉਣੀ ਕਿ ਜਿਹੜਾ ਨਹੀਂ ਕਿ ਬੰਦਾ ਸਾਡਾ ਬਿਮਾਰ ਵੇਖੋ ਸਾਡੀ ਜਥੇਬੰਦੀਆਂ ਦੇ ਕੱਪੜੇ ਇਦਾਂ ਦੇ ਕੱਪੜਿਆਂ ਚ ਆਏ ਕੋਈ ਗੱਲ ਨਹੀਂ ਤੁਸੀਂ ਕੱਪੜੇ ਬਦਲ ਲਿਆ ਕੋਈ ਨਾ 2 ਮਿੰਟ ਅਸੀਂ ਵੇਟ ਕਰ ਲੈਣੇ ਕੱਪੜੇ ਬਦਲ ਲਓ ਜੇ ਬਦਲ ਨਹੀਂ ਇਹ ਤਾਂ ਮਤਲਬ ਕਿ ਮੇਰੀ ਗੱਲ ਤਾਂ ਸੁਣ ਸਕਦੇ ਨਾ ਕੋਈ ਮੈਂ ਖਾਲਸਾ ਜੀ ਖਾਲਸਾ ਜੀ ਗੱਲ ਸੁਣੋ ਇਹ ਬੰਦਾ ਸੜਕ ਤੇ ਪਿਆ ਸਾਨੂੰ ਵੀਡੀਓ ਬਣਾ ਕੇ ਭੇਜੀ ਤੇ ਅਸੀਂ ਮੈਂ ਦੱਸਦੀ ਗੰਦੀਆਂ ਗੱਲਾਂ ਮੈਂ ਆਪਣੀਆਂ ਭੈਣਾਂ ਬੀਬੀਆਂ ਚੱਲਦੇ ਭਰਾਵਾਂ ਨਾਲ ਕਰਨੀ ਮੈਨੂੰ ਹੱਥ ਆ ਕੋਈ ਨਾ ਕੋਈ ਨਾ ਹੱਥ ਧੋਇਆ ਹੁਣ ਇਹ ਬੰਦਾ ਸੜਕ ਦੇ ਉੱਤੇ ਪਿਆ ਸੀਗਾ ਆਪਣੀ ਨਿੱਕੀ ਦੀ ਕੁੜੀ ਦੇ ਨਾਲ ਸਾਨੂੰ ਇਹ ਸ਼ਰਾਬ ਪੀ ਕੇ ਇਹੋ ਹੀ ਕੰਮ ਕਰਦਾ ਛਿੱਤਰਾਂ ਵਾਲਾ ਹੈ ਹੋਰ ਕੋਈ ਗੱਲ ਨਹੀਂ ਅੱਛਾ ਇਹ ਨਿਹੰਗ ਵਾਲਾ ਨੂੰ ਬਦਨਾਮ ਕਰਨ ਲਿਆ ਮੈਂ ਵੀ ਬਾਬੇ ਦੱਸ ਨਹੀਂ 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 ਕੋਈ ਇਹ ਬੈਠੇ ਕੀ ਬਣਦਾ ਜੀ ਦੁਕਾਨ ਤੇ ਕੀ ਬਣਦਾ ਵਾ ਕੀ ਬਣਦਾ ਚਾਰ 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 ਚਟਾ ਪੀਂਦੇ ਹੋ ਕਿਥੋਂ ਆਉਂਦਾ ਇੱਕ ਮਿੰਟ ਮੇਰੀ ਗੱਲ ਸੁਣੋ ਹਾਂ ਵੀ ਕਾਕਾ ਦੱਸ ਦੱਸੋ ਕਿੱਥੇ ਪੈਂਦੇ ਦੱਸ ਤੈਨੂੰ ਖਾਲੀ ਨਹੀਂ ਹੋ ਰਿਹਾ ਬਾਈ ਹੁਣ ਇਹਦਾ ਜੀ ਐ ਕੰਮ ਕਰਕੇ ਦੱਸ ਮੈਨੂੰ ਤਾਂ ਸਬਜ਼ੀ ਤੇ ਦੁੱਧ ਫੜਾ ਕੇ ਗਿਆ ਖਾਲਸਾ ਕੋਈ ਨਹੀਂ ਪੀਂਦੇ ਸ਼ਰਾਬ ਰੋਜ਼ ਪੀਂਦਾ ਆ ਕੁੜੀਆਂ ਨੇ ਨਿੱਕੀਆਂ ਨਿੱਕੀਆਂ ਅਸੀਂ ਸਾਂਭ ਦਿੱਤੀਆਂ ਨੇ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ ਨਹੀਂ ਪੜਨ ਲਾਈਆਂ ਹੋਈਆਂ ਕੋਈ ਪੜਨ ਨਹੀਂ ਲਾਈਆਂ ਇਹਨਾਂ ਨੂੰ ਬੱਚਿਆਂ ਦੀ ਪੜਨ ਦੀ ਉਮਰ ਆ ਕੰਮ ਦੀ ਉਮਰ ਨਹੀਂ ਇਹ ਛੜਕਦੇ ਸੌਂਦੀਆਂ ਆ ਬੰਦੇ ਦੀ ਧੀ ਬਣ ਗਈ ਇਹਨੂੰ ਵੀ ਨਵਾ ਧਵਾ ਕੇ ਆਵੇ ਰੋਜ਼ ਦਾ ਖਾਣ ਪਾਣੀ ਕਰਾਈ ਨਿੱਕੀਆਂ ਬੱਚੀਆਂ ਦੇ ਕੰਮ ਦਾ ਉਮਰ ਨਹੀਂ ਹੈਗੀ ਟਾਈਮ ਇਹਨਾਂ ਦਾ ਹੁਣ ਪੜਨ ਦਾ ਵਾ ਖਾਲਸਾ ਜੀ ਆਪਾਂ ਇਹ ਪੜਾਈ ਕਰੋ ਨਹੀਂ ਜਾਂ 150 ਰੁਪਿਆ ਰੋਜ਼ ਲੈਂਦਾ ਇਹ ਸ਼ਰਾਬ ਲੱਗੀ ਜਾਂਦਾ ਰੋਜ਼ ਤਿੰਨ ਤਿੰਨ ਬੋਲਣਾ ਸ਼ਰਾਬ ਦੀਆਂ ਪੀਂਦਾ ਸਾਡਾ ਇਹ ਕੀ ਕਸੂਰ ਇਹਦੇ ਮੈਂ ਬਿਮਾਰ ਆ ਨਹੀਂ ਤੇ ਮੈਂ ਤੇ ਨਿਕਲਾ ਗੁੰਦਰਾ ਬਾਣਾ ਪਾ ਕੇ ਇਹ ਕੀ ਕੰਮ ਕਰ ਬਲਵਿੰਦਰ ਸਿੰਘ ਜੀ ਗੱਲ ਸੁਣੋ ਇੱਕ ਧਿਆਨ ਨਾਲ ਸਾਡੇ ਨਾਲ ਨਜਾਇਜ਼ ਹੋ ਰਿਹਾ ਪਹਿਲਾਂ ਤਾਂ ਬਾਵਾਂਗੇ ਨਹੀਂ ਪੁੱਤਰਾ ਸਾਡੇ ਨਾਲ ਇਹਨੇ ਨਜਾਇਜ਼ ਕੀਤੀ ਜਦੋਂ ਬਾਬਾ ਜੀ ਨੱਕ ਵਗਦੇ ਸੀ ਜੂਆਂ ਸੀ ਸਾਰੇ ਬੰਦਿਆਂ ਨੇ ਕਿਹਾ ਕੁੜੀਆਂ ਨੂੰ ਛੇੜਦੇ ਆ ਬਈਏ ਚੱਲ ਹੁਣ ਆਉਂਦੀ ਹੈ ਫੋਟੋ ਤੁਸੀਂ ਫੋਨ ਕਰੋ ਨਾ ਮੈਨੂੰ ਗੁੱਸਾ ਬੜਾ ਚੜਿਆ ਹੋਇਆ ਮੈਂ ਆਪ ਫਾਹ ਲੈਣਾ ਮੈਂ ਇਹਨੇ ਨਾ ਜਦੋਂ ਕੁੜੀਆਂ ਨੂੰ ਛੇੜਦੇ ਰਹੇ ਪੁੱਤ ਸੱਚ ਬੋਲਣਾ ਮੇਰੀ ਨਹੀਂ ਕਰਨੀ ਇਹ ਤੇਰਾ ਪਿਓ ਤੇ ਪਿਓ ਹੀ ਰਹਿਣਾ ਕੀ ਕਰਦੇ ਸੀ ਬਈਏ ਰਾਤ ਨੂੰ ਦੱਸ ਛੋਟੀ ਭੈਣ ਆ ਜਿਹੜੀ ਇਹ ਵਿਚਾਰੀ ਉਹਦੇ ਨਾਲ ਸੜਕਾਂ ਤੇ ਸੌਂਦੀ ਆ ਤੇਰੀ ਜ਼ਿੰਮੇਵਾਰੀ ਬਣਦੀ ਆ ਨਾ ਇਹਨਾਂ ਦੇ ਨਾਲ ਰਹਿ ਕੇ ਇਹਨਾਂ ਦਾ ਦੇਖ ਬਲਵਿੰਦਰ ਸਿੰਘ ਮੈਂ ਤੈਨੂੰ ਪਹਿਲਾਂ ਕਿਹਾ ਸੀਗਾ ਤੂੰ ਕਹਿੰਦਾ ਸੀ ਉਹ ਕੁੜੀ ਆਉਣਾ ਚਾਹੁੰਦੀ ਆ ਹੁਣ ਇਹ ਕੀ ਆ ਦੱਸ ਤੂੰ ਉਦਣ ਕਿਉਂ ਨਹੀਂ ਮੈਂ ਜਾਣਾ ਮੈਂ ਬੱਬੋ ਘਰ ਚੱਲ ਜਾਣਾ 2 ਮਹੀਨੇ ਬੱਬੋ ਘਰੋਂ ਨਹੀਂ ਆਈ ਹੈ ਕਿਉਂ ਕਿਆ ਨਹੀਂ ਕਿਆ ਨਾ ਬੱਬੋ ਨੇ ਆ ਵੇਖੋ ਕੁੜੀ ਕੀ ਕਹਿੰਦੀ ਪਰ ਮੈਂ ਨਹੀਂ ਜਾਣਾ ਕਹਿੰਦੀ ਇਹਨੂੰ ਸੁਰਤ ਨਹੀਂ ਹੁੰਦੀ ਇਹ ਕੁੜੀ ਰੋਕਦੀ ਹੈ ਵੀ ਡੈਡੀ ਤੜਕੇ ਨਾ ਪੀਆ ਕਰ ਪੂਰਾ ਦਿਨ ਜਿੱਥੇ ਭੰਗ ਦੀ ਦੁਕਾਨ ਤੇ ਬਹਿੰਦਾ ਸੀ ਪੂਰਾ ਦਿਨ ਇਹ ਸਵੇਰੇ ਸ਼ੁਰੂ ਹੋ ਜਾਂਦਾ ਮੈਂ ਕਿਹਾ ਤੇਰੇ ਗੁਰਦੇ ਖਰਾਬ ਹੋ ਜਾਣੇ ਇੰਨਾ ਵੇਲੇ ਵੇਖ ਲਾ ਸਾਡੇ ਵੱਲੇ ਨਾ ਵੇਖ ਕਹਿੰਦਾ ਮੈਂ ਨਹੀਂ ਪੀਂਦਾ ਰਾਤ ਦੀ ਬਚੀ ਸੀ ਉਹ ਆਵਾਜ਼ਾਂ ਮਾਰਦੀ ਵੀ ਆਜਾ ਪੀ ਮੈਨੂੰ ਫਿਰ ਇਹਨੂੰ ਗੁਰੂ ਘਰ ਚ ਪੜਦਾ ਇਹਨੂੰ ਝੁੱਗੀ ਚ ਪਾ ਇਹਨੂੰ ਉਹ ਸਾਹਮਣੇ ਝੁੱਗੀ ਕੰਮ ਕਰਦਾ ਸਾਰਾ ਦਿਨ ਬੂਟੀ ਵੜ ਕੇ ਲਿਆਉਂਦਾ ਸਾਰਾ ਕੁਝ ਕਰਦਾ ਹੈ ਪੁੱਛੋ ਦੁਕਾਨ ਤੇ ਪੱਖਾ ਲੱਗਾ ਜਿਹੜੀ ਮੋਟਰ ਇਹਨਾਂ ਨੇ ਲਵਾਈ ਜਿੱਥੋਂ ਇਹਨਾਂ ਨੂੰ ਜਿੰਨਾਂ ਨਾਲ ਪਹਿਲਾਂ ਰਹਿੰਦਾ ਸੀ ਉਹਨਾਂ ਨੇ ਪੱਖਾ ਲਵਾਇਆ ਹੋਇਆ ਕਹਿੰਦਾ ਮੈਂ ਪੈਣਾ ਹੀ ਝੁੱਗੀ ਚ ਦੇਖੋ ਰੋਕ ਨਹੀਂ ਸਕਦੇ ਤੁਸੀਂ ਉਹਦਾ ਪਿਓ ਆ ਪਿਓ ਦੇ ਨਾਲ ਨਾਬਾਲਗ ਬੱਚੀ ਨੂੰ ਤੁਸੀਂ ਰੱਖ ਨਹੀਂ ਸਕਦੇ ਠੀਕ ਆ ਠੀਕ ਆ ਨਾ ਹਾਂ ਵੀ ਬਾਪੂ ਤੇਰੀ ਧੀ ਆ ਦੱਸ ਕੀ ਕਰਨਾ ਲੈ ਕੇ ਜਾਣੀ ਗੱਲ ਸੁਣ ਪੁੱਤ ਇੱਧਰ ਆਏ ਤਾਂ ਡਰਨਾ ਤੂੰ ਡਰਨਾ ਪੁੱਤ ਤੂੰ ਡਰਨਾ ਹਾਂਜੀ ਬਿਲਕੁਲ ਜੀ ਅਸੀਂ ਤਾਂ ਕੁੜੀਆਂ ਬੋਲੀ ਦੇਖ ਕੇ ਆਏ ਆ ਵੀ ਇਹ ਸੜਕ ਤੇ ਪਈ ਆ ਫੁੱਟਪਾਥ ਤੇ ਇਹਨੂੰ ਦੇਖ ਕੇ ਇੱਥੇ ਪਹੁੰਚੇ ਆ ਅਸੀਂ ਆਜੋ ਮਾਤਾ ਆਜੋ ਕੋਈ ਨਾ ਮਾਂ ਤੁਹਾਡਾ ਕੋਈ ਕਸੂਰ ਨਹੀਂ ਜੀ ਮਾੜਾ ਪੈਸਾ ਖੋਟਾ ਆਪਣਾ ਬਾਣੀਆਂ ਨੂੰ ਕੀ ਦੋਸ਼ ਉਹ ਬੰਦਾ ਸਹੀ ਨਹੀਂ ਉਹ ਨਸ਼ਾ ਕਰਦਾ ਉਹ ਨਸ਼ਾ ਕਰਦਾ ਉਹਦੀ ਗਲਤੀ ਹੈ ਜਿਹੜੀ ਹੈਗੀ ਆ ਅਸੀਂ ਮੰਨਦੇ ਆ ਨਹੀਂ ਬੀਬੀ ਇਹ ਤਾਂ ਅਸੀਂ ਵੀ ਨਿਹੰਗ ਸਿੰਘ ਆ ਤੇ ਇਹ ਵੀ ਸਰਦਾਰ ਭਾਈ ਨੇ ਸਾਡੇ ਕੋਈ ਚੱਕਰ ਨਹੀਂ ਜੀ ਅਸੀਂ ਤਾਂ ਬੱਚੀ ਦੀ ਦੁਰਦਸ਼ਾ ਦੇਖ ਕੇ ਜਿੱਥੇ ਮਰਜ਼ੀ ਰਵੇ ਸਾਡੇ ਨਾਲ ਐਡਾ ਵੱਡਾ ਧੋਖਾ ਤੇ ਸਾਡੇ ਤੇ ਬੰਦੇ ਚੜਾ ਕੇ ਲੈ ਕੇ ਆਏ ਬੰਦੇ ਨਹੀਂ ਕੋਈ ਚੜਾਏ ਅਸੀਂ ਤਾਂ ਬੱਚੀਆਂ ਵਾਸਤੇ ਆਏ ਆ ਮਾਂ ਪਿਓ ਮਿਲ ਗਿਆ ਸਾਨੂੰ ਸਾਨੂੰ ਕਹਿੰਦਾ ਬੱਬੂ ਕੁੜੀਆਂ ਦੀਆਂ ਗਾਲਾਂ ਕੱਢਦਾ ਸ਼ੁਕਰ ਪਹਿਲੀ ਵਾਰੀ ਸਾਨੂੰ ਮਾਂ ਮਿਲੀ ਉਹ ਕੁੜੀਆਂ ਮੈਨੂੰ ਦਾਦੀ ਕਹਿੰਦੀਆਂ ਮੇਰੀ ਉਮਰ ਹੈ ਕੋਈ ਮੈਨੂੰ ਇੰਨੀ ਖੁਸ਼ੀ ਚੜਦੀ ਵੀ ਚੱਲ ਦਾਦੀ ਦਾ ਕਹਿੰਦੀਆਂ ਨਾ ਮੇਰੇ ਬੱਚੇ ਨਹੀਂ ਵਿਆਹੇ ਸਾਡੀ ਗੋਲੀ ਚੱਲੀ ਸੀ ਅੰਮ੍ਰਿਤਸਰ ਸਾਨੂੰ ਸਜ਼ਾ ਹੋਈ ਆ 20 ਸਾਲ ਇਹ ਛੁੱਟੀ ਹੁਣ ਜਵਾਨਤਾ ਤੇ ਆਏ ਨੇ ਬਾਬਾ ਜੀ ਵੀ ਪੁੱਛ ਲੋ ਜਿਹੜੇ ਜਾਣਦੇ ਬੰਦਾ ਸ਼ੁਰੂ ਤੇ ਇਦਾਂ ਦਾ ਹੀ ਆ ਕਾਕੇ ਚਲ ਆਓ ਕੋਈ ਨਾ ਕਰਦੇ ਆ ਗੱਲ ਆਪਾਂ
जे तू पढ़ना चाहनी आ तू अपनी भैन की भी जिंदगी बनाना चाहनी आ भी बंदा जे बंदा बनूगा ता बलविंदर बाबे देख मेरी गल सुन ला तेरिया दो धीआं बाबा कन्या मां इथों खड़ोगे ना तो एक महीने देखोगे भी ओही बंदा है पर बापू जिंदगी दे विच हर जिंदगी दे विच हर चीज ऐ नहीं मिलदी जिवें तू करदा यार आ रोलतियां कुड़ियां तू नशे दे विच ओह दसदे आ फुटपाथ ते जवाकां दे नाल की हुंदा सीगा हसीगा बजामी तू बेचारी ये भी मैनूं तां लगदा ऐ प्रोपर ठीक नहीं गी इहदा जिहड़ा बिहेव आ होर तरह दा होया पिया बच्ची दा हुण फुटपाथ ते मां मर गई देखो पिछले चार तीन चार सालां तों मां मंदबुद्धि सी मैंटली अपसैट सीगी पहलां तां कमली होई हुई थी क्योंकि ये बंदे ने उहदी केयर नहीं कीती होणी सानूं भी दिंदे लक्षण ये बंदे दे इहदे लक्षणां तों ही उह कमली होई बेचारी ते अज्ज उह चा उहनूं 7-8 महीने हो गए मरी नूं ये बंदा दसदा भी उहदे भोग संस्कार ते भी नहीं गया कहिंदा मैं कित्थे संस्कार होया दा पता तैनूं ये भी नहीं पता ਤੇ ਹੁਣ ਤੂੰ ਦੱਸ ਬਾਬੇ ਕੀ ਕਰਨਾ ਚਾਹੁੰਦਾ ਮੈਂ ਜੀ ਤੁਹਾਡੇ ਨਾਲ ਹੀ ਜਾਣਾ ਚਾਹੁੰਦਾ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਬੱਚਿਆਂ ਨੂੰ ਦੋਨਾਂ ਨੂੰ ਹਾਂਜੀ ਹਾਂਜੀ ਠੀਕ ਆ ਦੇਖੋ ਗੱਲ ਇੱਕ ਧਿਆਨ ਨਾਲ ਸੁਣ ਲੈ ਪੁੱਤ ਕਮਲ ਕੋਮਲ ਤੇਰਾ ਨਾਮ ਕਮਲ ਆ ਕਿ ਕੋਮਲ ਆ ਕੋਮਲਜੀਤ ਪੁੱਤ ਤੇਰੀ ਜ਼ਿੰਦਗੀ ਬਣ ਜੂਗੀ ਤੇਰੀ ਪੜ੍ਹਾਈ ਕਰਾਵਾਂਗੇ ਸਕੂਲੇ ਤੈਨੂੰ ਦਾਖਲ ਕਰਾ ਦਾਂਗੇ ਜਿੱਥੇ ਹੋਰ ਵੀ ਕੁੜੀਆਂ ਪੜ੍ਹਦੀਆਂ ਬਹੁਤ ਸਾਰੀਆਂ ਦੋਨੋਂ ਭੈਣਾਂ ਨੂੰ ਤੁਹਾਡੀਆਂ ਤੁਹਾਨੂੰ ਉੱਥੇ ਛੱਡ ਕੇ ਆਵਾਂਗੇ ਆਪਾਂ ਜਿੱਥੇ ਤੁਸੀਂ ਪੜ੍ਹ ਸਕੋਗੀਆਂ ਰਹਿ ਕੇ ਤੂੰ ਚਾਹੁੰਦੀ ਹੈ ਪੜ੍ਹਨ तू चाहनी है पढ़ना अपनी जिंदगी बनाना चाहनी है अपने बाप के नाल रह के अपनी भैन के नाल रह के अपनी ये जे सुधरूगा तो जे नहीं सुधरूगा मैं तेनों इत्थे छड्ड के जाऊंगा इन्हां कोले ठीक है जे बंदा नहीं बनूगा ना तेनों इत्थे छड्ड के जावांगे आ दस्सिया भी महल्ले वाले भी दसदे आ देख बलविंदर सिंह शर्म खा के माड़ी जी हुण मेरी बेनती है सानू असीं आ बच्ची नूं देख के असीं आए आ सड़क दे पे जे आ बच्ची दी वीडियो नूं देखदे आ असीं आउणा नहीं सी इत्थे पर गल तां इह है भैण मेरी गुरु घर दे विच नहीं ना होना चाहीदा इह हुण की हो गया इधर की कही जांदे हां हाँ पुत चलना तू बापू नाल डैडी नाल जाना डैडी नाल चलिए डैडी ने गल कर ला कि जे शराब नहीं पीएंगे तां चलूंगी मैं उत्थे हाथ भी नहीं लाऊंगा गल कर ला पहले कोमल जे शराब पीऊंगा फिर नहीं जाना क्या मैं तेरे नाल नहीं कल सवेरे नहीं गया जी परसों सवेरे गया हां परसों सवेरे गया कल तो सारा दिन बड़े ही नहीं मैं इत्थे पर गल है कि आ तू भी शराब ने गालिया तेनू आ तेरिया बच्चिया शराब ने रोलतिया आ शराब ने रोलतिया तेरे नशे ने रोलतिया तेरिया धीया आ तो अज जवान भी आ कुड़ी 12 साल की हो गई तेरी धी यार तू बाड़ी मोटी तो बलविंदरा बाबे तू जिम्मेवारी समझदा अपनी यार तू मैं तेनू पहला ही आंदे सार पुछया भी नशा तो नहीं करता कोई तू क्या मैं कोई नशा नहीं करता बाबे यार ਹੈਂ ਨਹੀਂ ਜੀ ਨਹੀਂ ਇਹ ਸਭ ਝੂਠ ਬੱਧੋ ਜਿਆਦਾ ਨਜਾਇਜ਼ ਲੱਗਣ ਡਿਆ ਨਾ ਅੱਛਾ ਹਾਂ ਕੋਈ ਇਹ ਨਹੀਂ ਇਹਨੇ ਇਤਿਹਾਸ ਕਰਕੇ ਇਹਨੇ ਸਮਝਿਆ ਨੇ ਬਿਲਕੁਲ ਨਹੀਂ ਕੀਆਂ ਸਨ ਇਹ ਭੈਣ ਦਾ ਸ਼ਰਾਬ ਪੀ ਕੇ ਚਲ ਬਾਪੂ ਗਾਲ ਨਹੀਂ ਕੱਢਣੀ ਕੋਈ ਇਹਨੇ ਮਾਸਾ ਸ਼ਰਮ ਨਹੀਂ ਕੀਤੀ ਗੁਰੂ ਘਰ ਭਾਜੀ ਸਾਨੂੰ ਮੈਨੂੰ ਪਹਿਲਾਂ ਚੌਂਕੀ ਚ ਬੁਲਾਇਆ ਮੈਂ ਤਾਂ ਅੱਗੇ ਵਕਤਾਂ ਦੀ ਮਾਰੀ ਆ ਗਾਲ ਨਹੀਂ ਕੱਢਣੀ ਸਾਨੂੰ ਸਜ਼ਾ ਹੋਈ ਹੈ 7 ਸਾਲਾਂ ਤੋਂ ਜ਼ਮਾਨਤਾਂ ਕਰਵਾ ਕੇ ਲੈ ਕੇ ਆਏ ਆ ਚਲੋ ਤਾਂ ਬਿੱਬੇ ਤੁਹਾਡਾ ਆਪਦਾ ਪਰਸਨਲ ਕੋਈ ਰੌਲਾ ਵਾ ਅਸੀਂ ਤਾਂ ਤਾਂ ਹੀ ਕਹਿੰਨੇ ਆ ਨਾ ਵੀ ਮੈਂ ਉਹ ਇਹਨੇ ਥੋੜੀ ਕਰਾਤੀ ਚੌਂਕੀਆਂ ਚ ਮੈਨੂੰ
ਗੱਲ ਇਹ ਆ ਵੀ ਜੇ ਇਹ ਬੰਦਾ ਜੇ ਉਹ ਆਪਣੀ ਕੁੜੀਆਂ ਨੂੰ ਲੈ ਕੇ ਜਾਣਾ ਚਾਹੁੰਦਾ ਇੱਥੇ ਘੱਟ ਨਾ ਪਾ ਲੈ ਜਾ ਠੀਕ ਆ ਯਾਰ ਬਸ ਇੱਥੋਂ ਚੱਲੋ ਬਸ ਠੀਕ ਆ ਬਾਬੇ ਜਾਣਾ ਹੁਣ ਤੂੰ ਬੰਦਾ ਬਣ ਕੇ ਰਹੇਗਾ ਉੱਥੇ ਬੰਦਾ ਬਣ ਕੇ ਰਹੂੰਗਾ ਨਹੀਂ ਤਾਂ ਮੈਂ ਤੈਨੂੰ ਦੱਸ ਕੇ ਬਾਪੂ ਗੱਲ ਹੁਣ ਦਊਂਗਾ ਸੌਂਦੀ ਰੋਟੀ ਖਾਊਂਗਾ ਮੈਂ ਇਹਨੇ 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 ਮੈਂ ਜਿੰਦੀ ਦੇ 200 ਜਣੀਆਂ ਇਹਨਾਂ ਨੂੰ ਵਿੱਚ ਬਿਠਾ ਕੁੜੀਆਂ ਨੂੰ ਦੇਖੋ ਜੀ ਇੱਕ ਸਾਡੀ ਕੋਸ਼ਿਸ਼ ਹੈ ਨਾ ਛੋਟੀਆਂ ਬੱਚੀਆਂ ਲਈ ਬਾਕੀ ਤੁਸੀਂ ਵੀ ਦੇਖਿਆ ਸਾਰਾ ਵੀ ਕੀ ਹਾਲਾਤ ਆ ਕੀ ਇਸ ਬੰਦੇ ਦੇ ਹਾਲਾਤ ਆ ਕੀ ਉਹ ਬੱਚੀ ਦੇ ਹਾਲਾਤ ਆ ਜਿਹੜੀ ਸੜਕ ਤੇ ਇਹਦੇ ਨਾਲ ਫੁੱਟਪਾਥ 'ਤੇ ਪਈ ਆ ਅਤੇ ਇਹਨਾਂ ਦੀ ਬੱਚੀਆਂ ਦੀ ਮਾਂ ਮਰ ਚੁੱਕੀ ਆ ਜਦੋਂ ਮਾਂ ਨਾ ਨਾ ਹੋਵੇ ਸਿਰ 'ਤੇ ਫਿਰ ਧੀਆਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ ਪਿਓ ਆ ਜਿਹੜਾ ਉਹ ਆਪਦੀ ਜ਼ਿੰਮੇਵਾਰੀ 'ਤੇ ਜੇ ਸਹੀ ਉਤਰਦਾ ਤਾਂ ਅੱਜ ਆਹ ਦਿਨ ਨਾ ਦੇਖਣੇ ਪੈਂਦੇ ਜੇ ਪਿਓ ਆਪਦੀ ਜ਼ਿੰਮੇਵਾਰੀ ਚੱਕਦਾ ਧੀਆਂ ਦੀ ਸਹੀ ਤਰੀਕੇ ਨਾਲ 10,000 ਰੁਪਇਆ ਮਹੀਨਾ ਵਧੀਆ ਕਮਾ ਸਕਦਾ ਸੀ ਇਹ ਬੰਦਾ ਜੇ ਕਿਤੇ ਚੰਗੇ ਕੰਮ 'ਤੇ ਲੱਗਦਾ 10,000 ਰੁਪਏ ਮਹੀਨੇ ਨਾਲ 2,000 ਰੁਪਏ 'ਤੇ ਕਮਰਾ ਲੈ ਕੇ ਕਿਰਾਏ 'ਤੇ ਆਪਣੀਆਂ ਧੀਆਂ ਦੀ ਪਰਵਰਿਸ਼ ਕਰ ਸਕਦਾ ਸੀ ਇਹ ਬੰਦਾ ਪਰ ਲੱਛਣ ਇਹਦੇ ਮਾੜੇ ਆ ਸ਼ਰਾਬ ਪੀ ਕੇ ਬੰਦੇ ਨੇ ਆਪਣੀਆਂ ਧੀਆਂ ਦੀ ਵੀ ਜ਼ਿੰਦਗੀ ਖਰਾਬ ਕੀਤੀ ਹੋਈ ਆ ਜਿਵੇਂ ਉਹ ਦੱਸਦੇ ਆ ਸੜਕ ਦੇ ਉੱਤੇ ਬੱਚੀਆਂ ਪੈਂਦੀਆਂ ਸੀਗੀਆਂ ਫੁੱਟਪਾਥ 'ਤੇ ਜਿੱਥੇ ਉਹਨਾਂ ਨਾਲ ਗਲਤ ਹਰਕਤਾਂ ਹੁੰਦੀਆਂ ਸੀਗੀਆਂ ਜਿਹਦੇ ਕਰਕੇ ਇਸ ਗੁਰੂ ਘਰ ਦੇ ਵਿੱਚ ਬੱਚੀਆਂ ਹੁਣ ਰਹਿੰਦੀਆਂ ਸੀ ਪਰ ਇਹਦੀ ਆਪਦੀਆਂ ਕਮੀਆਂ ਵਾਂ ਕਹਾਂਗੇ ਅਸੀਂ ਕਿਸੇ ਨੂੰ ਪੈਸਾ ਖੋਟਾ ਆਪਣਾ ਬਾਣੀਆਂ ਨੂੰ ਕੀ ਦੋਸ਼ ਜਦੋਂ ਬੰਦਾ ਇਹੀ ਗਲਤ ਆ ਤਾਂ ਅਸੀਂ ਕਿਸੇ ਹੋਰ ਬੰਦੇ ਨੂੰ ਕੀ ਮਾੜਾ ਕਹੀਏ ਪਰ ਗੱਲ ਬੱਚੀਆਂ ਦੀ ਜ਼ਿੰਦਗੀ ਦੀ ਅੱਜ ਉਹ ਬੱਚੀ ਜਿਹੜੀ ਫੁੱਟਪਾਥ 'ਤੇ ਇਹਦੇ ਨਾਲ ਪੈਂਦੀ ਆ ਉਹਦੀ ਕੀ ਸੇਫਟੀ ਆ ਸੜਕ ਦੇ ਉੱਤੇ ਸੌਂਦੀ ਦੀ ਅਤੇ ਫਿਰ ਇਹ ਬੱਚੀ ਇੱਕ ਇਸ ਘਰ ਦੇ ਵਿੱਚ ਇੱਥੇ ਰਹਿੰਦੀ ਹੈ ਗੁਰੂ ਘਰ ਤਾਂ ਨਹੀਂ ਹੈਗਾ ਇਕੱਲਾ ਘਰ ਹੀ ਆ ਇਹ ਇਸ ਘਰ ਦੇ ਵਿੱਚ ਰਹਿੰਦੀ ਸੀ ਬੱਚੀ ਇੱਕ ਉਹ ਬੱਚੀ ਆਪਣੇ ਬਾਪ ਦੇ ਨਾਲ ਜਾਣ ਦੀ ਹੱਕਦਾਰ ਆ ਕਿਉਂਕਿ ਉਹ ਨਾਬਾਲਗ ਆ ਬੱਚੀ ਉਹ ਆਪਣੇ ਬਾਪ ਕੋਲ ਰਹਿ ਸਕਦੀ ਹੈ ਬੱਚੀ ਉਹ ਬੱਚੀ ਨੂੰ ਬਾਪ ਕੋਲ ਰਹਿਣ ਦਾ ਹੱਕ ਆ ਪਰ ਜੇ ਇਹ ਬੰਦਾ ਨਹੀਂ ਸੁਧਰੂਗਾ ਤਾਂ ਇਹਦਾ ਪਿੰਡ ਕਿਹੜਾ ਦੱਸਿਆ ਤੂੰ ਸ਼ਫੀਪੁਰਾ ਜ਼ਿਲ੍ਹਾ ਕਿਹੜਾ ਅੰਮ੍ਰਿਤਸਰ ਜ਼ਿਲ੍ਹਾ ਤਹਿਸੀਲ ਅਜਨਾਲਾ ਤੇ ਪਿੰਡ ਦਾ ਕਿੰਨੇ ਸਾਲ ਹੋ ਗਏ ਤੈਨੂੰ ਪਿੰਡ ਗਏ ਇਹਨੂੰ ਸ਼ਫੀਪੁਰ ਸਾਡੇ ਕੋਲ ਅਜਨਾਲੇ ਤੋਂ ਸਾਡੀ ਟੀਮ ਦੇ ਮੈਂਬਰ ਨੇ ਸ਼ਫੀਪੁਰ ਤੋਂ ਕੋਈ ਉਹ ਸਰਪੰਚ ਦਾ ਨੰਬਰ ਲੈ ਕੇ ਅਸੀਂ ਉੱਥੇ ਵੀ ਸੰਪਰਕ ਕਰਾਂਗੇ ਸ਼ਫੀਪੁਰ ਵੀ ਉੱਥੋਂ ਵੀ ਇਹਦਾ ਪਤਾ ਕਰਾਂਗੇ ਇਹਦੇ ਜੇ ਭਰਾ ਭਤੀਜੇ ਕੋਈ ਉੱਥੇ ਹੋਣਗੇ ਇਹਦੀਆਂ ਭੈਣਾਂ ਕੋਈ ਉਹਨਾਂ ਨਾਲ ਵੀ ਗੱਲ ਕਰਕੇ ਇਹਦਾ ਸੰਪਰਕ ਕਰਾਵਾਂਗੇ ਵੀ ਕਾਰਨ ਕੀ ਆ ਵੀ ਇਹ ਇਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਪਹੁੰਚ ਗਿਆ ਇੱਥੇ ਅਤੇ ਤੁਸੀਂ ਵੀ ਸਾਰੇ ਜੇ ਕੋਈ ਵੀਡੀਓ ਦੇਖਦਾ ਉਸ ਏਰੀਏ ਦਾ ਹੈਗਾ ਤਾਂ ਸਾਡੇ ਨਾਲ ਸੰਪਰਕ ਕਰਿਓ ਤਾਂ ਜੋ ਆਪਾਂ ਉਹਨਾਂ ਛੋਟੀਆਂ ਬੱਚੀਆਂ ਦੀ ਜ਼ਿੰਦਗੀ 'ਚ ਕੋਈ ਚੰਗਾ ਕਰ ਸਕੀਏ ਇਹ ਬੰਦਾ ਜੋ ਬਲਵਿੰਦਰ ਸਿੰਘ ਇਸ ਟਾਈਮ ਇਹਦੇ ਕੱਪੜਿਆਂ ਦੀ ਹਾਲਤ ਦੇਖੋ ਕੀ ਆ ਇਹ ਬੰਦੇ ਦੀ ਆਪਦੀ ਹਾਲਤ ਦੇਖੋ ਕੀ ਆ ਇਹਦੇ ਪੈਰ ਦੇ ਕਿਵੇਂ ਮਾਸ ਲਿਆ ਹੋਇਆ ਚੱਪਲਾਂ ਦੋਨੇ ਅੱਡ ਅੱਡਾ ਪੈਰਾਂ ਦੀਆਂ ਵਿਆਈਆਂ ਫਟੀਆਂ ਪਈਆਂ ਹਾਲਤ ਇਹਦੀ ਆ ਚੂਲਾ ਇਹ ਕਹਿੰਦਾ ਮੇਰਾ ਦੁੱਖ ਦਾ ਸੱਟ ਲੱਗੀ ਹੈ ਜਾਂ ਕੀ ਆ ਸਾਰੀ ਜ਼ਿੰਦਗੀ ਇਹ ਬੰਦੇ ਨੇ ਨਸ਼ੇ 'ਚ ਗਾਲੀ ਆ ਅਤੇ ਗਾਂਹ ਕੁੜੀਆਂ ਦੀ ਜ਼ਿੰਦਗੀ ਵੀ ਇਹਨੇ ਨਰਕ ਵਰਗੀ ਬਣਾਈ ਪਈ ਆ ਪਰ ਸਾਨੂੰ ਪਰਮਾਤਮਾ ਨੇ ਸਾਨੂੰ ਅੱਜ ਉਸ ਅਕਾਲ ਪੁਰਖ ਵਾਹਿਗੁਰੂ ਨੇ ਡਿਊਟੀ ਬਖਸ਼ੀ ਆ ਅਸੀਂ ਇਹਨਾਂ ਬੱਚੀਆਂ ਨੂੰ ਅਤੇ ਇਹਨੂੰ ਵੀਰ ਨੂੰ ਨਾਲ ਲੈ ਕੇ ਚੱਲੇ ਹਾਂ ਅਸੀਂ ਕੁਝ ਚੰਗਾ ਕਰ ਸਕੀਏ ਅਸੀਂ ਇਹਨਾਂ ਦੇ ਬੱਚੀਆਂ ਦੀ ਜ਼ਿੰਦਗੀ ਨੂੰ ਥੋੜ੍ਹਾ ਵੀ ਸਵਾਰ ਸਕੀਏ ਉਹ ਪੜ੍ਹ ਲਿਖ ਕੇ ਆਪਣਾ ਇੱਕ ਚੰਗਾ ਜੀਵਨ ਬਣਾ ਸਕਣ ਸਾਡੀ ਇਹੀ ਇੱਕ ਕੋਸ਼ਿਸ਼ ਰਹੂਗੀ ਤੁਸੀਂ ਵੀ ਅਰਦਾਸ ਕਰਿਓ ਸਾਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਮੱਤ ਬੁੱਧੀ ਬਖਸ਼ਣ ਬਲ ਬੁੱਧੀ ਬਖਸ਼ਣ ਤਾਂ ਜੋ ਕੋਮਲ ਨਾਂ ਅਤੇ ਦੂਜੀ ਕੁੜੀ ਦਾ ਨਾਂ ਕੀ ਹੈ ਛੋਟੀ ਦਾ ਲਵਪ੍ਰੀਤ ਦੋਨਾਂ ਧੀਆਂ ਨਾਲ ਖੜ ਸਕੀਏ ਉਹ ਧੀਆਂ ਦੇ ਸਿਰ 'ਤੇ ਹੱਥ ਰੱਖ ਸਕੀਏ ਇਹ ਸਾਰੇ ਤੁਸੀਂ ਅਰਦਾਸ ਕਰਿਓ ਇਹਨੂੰ ਵੀ ਵਾਹਿਗੁਰੂ ਸਮੱਤ ਬੁੱਧੀ ਬਖਸ਼ਣ ਇਹ ਆਪਣੀਆਂ ਧੀਆਂ ਦੀ ਪਰਵਰਿਸ਼ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆ ਬਾਈ ਤੁਹਾਡਾ ਸਾਰਿਆਂ ਦਾ ਜਿਹੜੇ ਤੁਸੀਂ ਇੱਥੇ ਪਹੁੰਚੇ ਸਾਰੇ ਸਾਡੇ ਨਾਲ ਆ ਕੇ ਖੜ੍ਹੇ ਬਹੁਤ ਧੰਨਵਾਦ ਆ ਬਾਈ ਤੁਹਾਡਾ ਇਹ ਵੀਰ ਸਾਡੀਆਂ ਵੀਡੀਓ ਲਾਈਵ ਦੇਖ ਕੇ ਸਾਰੇ ਇਕੱਠੇ ਹੋਏ ਕੋਈ ਵੀਰਾ ਸਤਵੀਰ ਉਹਨਾਂ ਦਾ ਪਾਰਟਨਰ ਆ ਫੈਕਟਰੀ ਤੋਂ ਆਇਆ ਬਾਈ ਕੋਈ ਨੇੜੇ ਤੇੜੇ ਸੀ ਬਾਈ ਸਾਰੇ ਵੀਡੀਓ ਨੂੰ ਲਾਈਵ ਦੇਖ ਕੇ ਇੱਥੇ ਪਹੁੰਚੇ ਆ ਸਾਰੇ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਸਾਰਿਆਂ ਦਾ ਅਸੀਂ ਪਹੁੰਚ ਗਏ ਜੀ ਸਾਡੇ ਸੁਪਨਿਆਂ ਦੇ ਘਰ ਵਿੱਚ
ਬਲਵਿੰਦਰ ਸਿੰਘ ਨੂੰ ਤੇ ਉਹਦੀਆਂ ਬੇਟੀਆਂ ਨੂੰ ਲੈ ਕੇ ਸਾਰੇ ਕੰਮ ਜਾਣਦੀ ਸਾਡੀ ਕੁੜੀ ਤਾਂ ਲੀੜੇ ਵੀ ਧੋ ਲੈਂਦੀ ਆ ਜਟਾਂ ਹੈ ਨਾ ਬੱਜੀਆਂ ਪਈਆਂ ਮੈਂ ਹਰੇ ਕਿੱਡੇ ਕਿੱਡੇ ਜਟਾਂ ਦੇ ਗੁੱਛੇ ਆ ਕਿਉਂਕਿ ਸੜਕ 'ਤੇ ਫਿਰਦਾ ਸੀ ਸਾਰਾ ਦਿਨ ਉੱਥੇ ਗੋਹਾ ਚੱਕੀ ਜਾਂਦਾ ਲਿੱਦ ਚੱਕੀ ਜਾਂਦਾ ਘੋੜਿਆਂ ਦੀ ਜਾਂ ਉੱਥੇ ਬੂਟੀ ਵੱਢ ਕੇ ਲਿਆਉਂਦਾ ਦੂਰੋਂ ਦੂਰੋਂ ਲੱਭ ਕੇ ਭੰਗ ਅਤੇ ਭੰਗ ਦੀ ਬੂਟੀ ਵੱਢ ਵੱਢ ਕੇ ਲਿਆ ਕੇ ਦਿੰਦਾ ਕਿੰਨੇ ਸਾਲ ਹੋ ਗਏ ਬਾਪੂ 12-13 ਸਾਲ ਹੋ ਗਏ ਬਾਪੂ ਨੂੰ ਆਹੀ ਕੁਝ ਕਰਦੇ ਨੇ ਮੈਣ ਦੇਖੋ ਕਾਲਾ ਕਾਲਾ ਰੰਗ ਹੋਇਆ ਪਿਆ ਦਾੜੀ ਦੇ ਵਿੱਚੋਂ ਇੰਨੀ ਕਾਲੇ ਰੰਗ ਦੀ ਮੈਲ ਨਿਕਲ ਰਹੀ ਆ ਲੈ ਨਿੱਕੀਆਂ ਨਿੱਕੀਆਂ ਦੋ ਧੀਆਂ ਦਾ ਇਹ ਬਾਪ